ਬੀਤੇ ਦਿਨੀ ਹਿੰਦੁਸਤਾਨ ਦੇ ਸੂਬੇ ਗੁਜਰਾਤ ਦੇ ਵਿੱਚ ਇੱਕ ਇੰਟਰਨੈਸ਼ਨਲ ਟ੍ਰੇਡ ਮੇਲਾ ਲੱਗਾ, ਜਿਸ ਦੇ ਵਿੱਚ ਸਾਰੀ ਦੁਨੀਆ ਤੋਂ ਵੱਖ ਵੱਖ ਸਰਕਾਰਾਂ ਦੇ ਨੁਮਾਇੰਦੇ ਉੱਥੇ ਇਸ ਮੇਲੇ ਦੇ ਵਿੱਚ ਇਸ ਟ੍ਰੇਡ ਸ਼ੋਅ ਦੇ ਵਿੱਚ ਹਿੱਸਾ ਲੈਣ ਪਹੁੰਚੇ ਸਨ। ਇਸੇ ਲੜੀ ਤਹਿਤ ਕੈਨੇਡਾ ਦੇ ਇਨਫਰਾਸਟ੍ਰਕਚਰ ਮਿਨਿਸਟਰ ਮਾਣਯੋਗ ਅਮਰਜੀਤ ਸੋਹੀ ਆਪਣੇ ਸਟਾਫ ਦੇ ਨਾਲ ਇਸ ਟ੍ਰੇਡ ਡੈਲੀਗੇਸ਼ਨ ਲੈ ਕੇ ਉੱਥੇ ਪਹੁੰਚੇ ਸਨ ਅੱਜ ਗੁਜਰਾਤ ਦੇ ਵਿੱਚ, ਅਤੇ ਹਿੰਦੁਸਤਾਨ ਅਤੇ ਕੈਨੇਡਾ ਦੇ ਵਪਾਰਕ ਸੰਬੰਧ ਹੋਰ ਵਧਾਉਣ ਵਾਸਤੇ ਅਤੇ ਕੀ ਅਪਰਚੁਨਿਟੀਜ਼ ਨੇ ਕੈਨੇਡਾ ਅਤੇ ਹਿੰਦੁਸਤਾਨ ਦੇ ਵਿੱਚ ਕੀ ਵਪਾਰ ਕੀਤਾ ਜਾ ਸਕਦਾ, ਇਸ ਨੂੰ ਐਕਸਪਲੋਰ ਕਰਨ ਵਾਸਤੇ ਅਮਰਜੀਤ ਸਿੰਘ ਸੋਹੀ ਜੋ ਕੈਨੇਡਾ ਦੇ ਮੰਤਰੀ ਨੇ ਉਹ ਇੰਡੀਆ ਪਹੁੰਚੇ ਸਨ। ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਜੀ, Honorable Chief Minister of Gujarat Shri Vijay Rupani ji, honored delegates and friends of Canada, on behalf of Prime Minister Justin Trudeau and Canadian government, I wish to congratulate the government of Gujarat and Prime Minister Modi on another successful vibrant Gujarat summit. Canada is pleased to be one of the earliest and longest standing partner countries that has produced tangible results for Canadian companies and Indian companies over many years. ਆਪਾਂ ਨੂੰ ਜਾਣਕਾਰੀ ਲੈਣੀ ਕੋਈ ਇਸ ਬਾਰੇ ਕੀ ਨਵੇਂ ਪ੍ਰੋਜੈਕਟ ਲੈ ਕੇ ਆਏ ਨੇ ਅਤੇ ਕੀ ਅਪਰਚੁਨਿਟੀਜ਼ ਨੇ ਕੈਨੇਡਾ ਅਤੇ ਹਿੰਦੁਸਤਾਨ ਦਾ ਵਪਾਰ ਵਧਾਉਣ ਵਾਸਤੇ। ਮੈਨੂੰ ਜਨਵਰੀ ਦੇ ਪਹਿਲੇ ਦੋ ਹਫ਼ਤੇ ਇੰਡੀਆ ਦੇ ਵਿੱਚ ਆਉਣ ਦਾ ਮੌਕਾ ਮਿਲਿਆ, ਜਿੱਥੇ ਮੈਂ ਕੈਨੇਡਾ ਤੋਂ 150 ਦੇ ਕਰੀਬ ਜੋ ਸਾਡੇ ਬਿਜ਼ਨਸ ਲੀਡਰ ਨੇ ਅਤੇ ਸਾਡੀਆਂ ਕੰਪਨੀਜ਼ ਨੇ ਉਹਨਾਂ ਦੇ ਡੈਲੀਗੇਸ਼ਨ ਨੂੰ ਲੀਡ ਕੀਤਾ। ਉਸ ਡੈਲੀਗੇਸ਼ਨ ਦੇ ਦੌਰਾਨ ਮੈਨੂੰ ਦਿੱਲੀ ਦੇ ਵਿੱਚ, ਗਾਂਧੀ ਨਗਰ ਅਤੇ ਅਹਿਮਦਾਬਾਦ ਗੁਜਰਾਤ ਦੇ ਵਿੱਚ ਅਤੇ ਮੁੰਬਈ ਦੇ ਵਿੱਚ ਕਾਫੀ ਮੀਟਿੰਗਾਂ ਕਰਨ ਦਾ ਮੌਕਾ ਮਿਲਿਆ ਅਤੇ ਇਲੈਕਟਿਡ ਅਫੀਸ਼ਲ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਪ੍ਰਾਈਮ ਮਿਨਿਸਟਰ ਮੋਦੀ ਅਤੇ ਚੀਫ ਮਿਨਿਸਟਰ ਆਫ ਗੁਜਰਾਤ ਅਤੇ ਚੀਫ ਮਿਨਿਸਟਰ ਆਫ ਮਹਾਰਾਸ਼ਟਰਾ, ਫਾਈਨੈਂਸ ਮਿਨਿਸਟਰ ਆਫ ਇੰਡੀਆ ਅਤੇ ਬਾਕੀ ਹੋਰਾਂ ਦੇ ਨਾਲ ਅਸੀਂ ਇਹ ਗੱਲਬਾਤ ਕੀਤੀ ਕਿ ਇੰਡੀਆ ਅਤੇ ਕੈਨੇਡਾ ਆਪਣੇ ਵਪਾਰ ਦੇ ਸੰਬੰਧ ਨੇ ਉਹਨਾਂ ਨੂੰ ਕਿਵੇਂ ਵਧਾ ਸਕਦਾ। ਸਾਡਾ ਇਹ ਗੋਲ ਹੈ ਕਿ ਅਸੀਂ ਕੈਨੇਡਾ ਦੇ ਵਿੱਚੋਂ ਚਾਹੁੰਦੇ ਹਾਂ ਕਿ ਕੈਨੇਡਾ ਦੀਆਂ ਕੰਪਨੀਆਂ ਇੰਡੀਆ ਦੇ ਵਿੱਚ ਇਨਵੈਸਟ ਕਰਨ ਅਤੇ ਇੰਡੀਆ ਦੀਆਂ ਕੰਪਨੀਆਂ ਕੈਨੇਡਾ ਦੇ ਵਿੱਚ ਇਨਵੈਸਟ ਕਰਨ। ਇਹਦੇ ਨਾਲ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਵਪਾਰ ਹੈ ਉਹ ਵਧੇਗਾ, ਉਹਦੇ ਨਾਲ ਸਾਡੀ ਮਿਡਲ ਕਲਾਸ ਹੈ ਉਹ ਸਟਰੋਂਗ ਹੋਊਗੀ, ਜੋ ਲੋਕਾਂ ਵਾਸਤੇ ਹੋਰ ਜੋਬਸ ਕ੍ਰੀਏਟ ਹੋਣਗੀਆਂ, ਅਤੇ ਪਲੱਸ ਜਿਹੜਾ ਸਾਡਾ ਲੋਕਾਂ ਦੇ ਆਪਸ ਵਿੱਚ ਸੰਬੰਧ ਨੇ ਕੈਨੇਡਾ ਅਤੇ ਇੰਡੀਆ ਦੇ ਵਿੱਚ ਉਹ ਵੀ ਹੋਰ ਮਜ਼ਬੂਤ ਹੋਣਗੇ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵੇਲੇ ਕੈਨੇਡਾ ਦੇ ਵਿੱਚੋਂ ਤਕਰੀਬਨ 1000 ਕੰਪਨੀਆਂ ਇੰਡੀਆ ਦੇ ਵਿੱਚ ਕੰਮ ਕਰ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਤਕਰੀਬਨ 700 ਕੰਪਨੀਆਂ ਅਤੇ ਐਜੂਕੇਸ਼ਨਲ ਇੰਸਟੀਟਿਊਸ਼ਨ ਇੰਡੀਆ ਦੇ ਵਿੱਚ ਮੌਜੂਦ ਨੇ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਤਕਰੀਬਨ 1 ਮਿਲੀਅਨ ਤੋਂ ਵੱਧ ਉਹ ਲੋਕ ਰਹਿੰਦੇ ਨੇ ਜਿਨ੍ਹਾਂ ਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਊਥ ਏਸ਼ੀਆ ਜਾਂ ਇੰਡੀਆ ਦੇ ਨਾਲ ਸੰਬੰਧ ਆ। ਸੋ ਜਿਹੜੀਆਂ ਆਪਸ ਵਿੱਚ ਸਾਡੀ ਭਾਈਵਾਲਤਾ ਹੈਗੀ ਆ, ਸਾਡੇ ਜਿਹੜੇ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਹੈਗੇ ਆ, ਸਾਡੇ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦੇ ਆ, ਸਾਡੇ ਪਰਿਵਾਰ ਇੰਡੀਆ ਦੇ ਵਿੱਚ ਰਹਿੰਦੇ ਆ, ਅਤੇ ਜਿਹੜੀ ਸਾਡੀ ਵਪਾਰ ਦੀ, ਟ੍ਰੇਡ ਦੀ, ਕਾਮਰਸ ਦੀ ਸਾਂਝ ਹੈ ਉਹਨੂੰ ਹੋਰ ਮਜ਼ਬੂਤ ਕਰਕੇ ਦੋਨਾਂ ਦੇਸ਼ਾਂ ਦੀ ਇਕਾਨਮੀ ਨੂੰ ਅਸੀਂ ਸਟਰੋਂਗ ਕਰਨਾ ਚਾਹੁੰਦੇ ਹਾਂ। ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਪਹਿਲੀ ਵਾਰ ਇੰਡੀਆ ਆਪਣੀ ਐਜ਼ ਏ ਅਫੀਸ਼ੀਅਲ ਵਿਜ਼ਿਟ 'ਤੇ ਗਿਆ ਸੀਗਾ ਐਜ਼ ਏ ਮਿਨਿਸਟਰ ਆਫ ਇਨਫਰਾਸਟ੍ਰਕਚਰ ਐਂਡ ਕਮਿਊਨਿਟੀਜ਼, ਅਤੇ ਲੋਕਾਂ ਨੇ ਮੈਨੂੰ ਉੱਥੇ ਬੜਾ ਪਿਆਰ ਦਿੱਤਾ, ਬੜਾ ਸਤਿਕਾਰ ਦਿੱਤਾ, ਅਤੇ ਆਪਣੇ ਲੋਕਾਂ ਨਾਲ ਉੱਥੇ ਮਿਲ ਕੇ ਮੈਨੂੰ ਬੜਾ ਚੰਗਾ ਲੱਗਿਆ, ਅਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ, ਅਤੇ PTC ਪੰਜਾਬੀ ਗੁਰਪ੍ਰਿੰਦਰ ਭਾਅ ਜੀ ਹੋਰਾਂ ਦਾ, ਅਤੇ ਕਿਉਂਕਿ ਉਹਨਾਂ ਨੇ ਅੱਜ ਜੋ ਇਹ ਪ੍ਰੋਗਰਾਮ ਸਾਨੂੰ ਇਸ ਜਿਹੜੇ ਮੌਕਾ ਦਿੱਤਾ, ਅਤੇ ਅਸ਼ੋਕ ਜੀ ਉਹਨਾਂ ਦਾ, ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਥੈਂਕ ਯੂ ਸੋ ਮੱਚ ਜੀ। ਕੈਨੇਡਾ ਅਤੇ ਹਿੰਦੁਸਤਾਨ ਦੇ ਵਪਾਰਕ ਸੰਬੰਧ ਵਧਾਉਣ ਵਾਸਤੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਕਈ ਸਮਝੌਤੇ ਹੋਏ ਨੇ, ਪਰ ਜੋ ਨਵੇਂ ਸਿਰੇ ਤੋਂ ਲਿਬਰਲ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਡੀਆ ਦੇ ਨਾਲ ਵਪਾਰਕ ਸਮਝੌਤੇ ਕੀਤੇ ਜਾਣ, ਜਿਸ ਦੀ ਪਹਿਲਕਦਮੀ ਟਰੂਡੋ ਸਰਕਾਰ ਨੇ ਅਮਰਜੀਤ ਸਿੰਘ ਸੋਹੀ ਨੂੰ, ਜੋ ਕੈਬਨਿਟ ਮੰਤਰੀ ਨੂੰ, ਭੇਜ ਕੇ ਹਿੰਦੁਸਤਾਨ ਦੇ ਸ਼ੁਰੂਆਤ ਕੀਤੀ ਆ। ਅਸੀਂ ਆਸ ਕਰਦੇ ਹਾਂ ਕਿ ਇਸ ਪਹਿਲਕਦਮੀ ਦੇ ਨਾਲ ਇਸ ਦੇ ਨਾਲ ਕੈਨੇਡਾ ਅਤੇ ਭਾਰਤ ਦੇ ਜੋ ਵਪਾਰਕ ਸੰਬੰਧ ਨੇ ਉਹ ਹੋਰ ਮਜ਼ਬੂਤ ਹੋਣਗੇ, ਵੱਖ ਵੱਖ ਸਮਝੌਤੇ ਲਾਗੂ ਹੋਣਗੇ ਅਤੇ ਲੋਕਾਂ ਨੂੰ ਇਸ ਦਾ ਭਾਰੀ ਲਾਭ ਹੋਏਗਾ। ਗੁਰਪ੍ਰਿੰਦਰ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ, ਕੈਨੇਡਾ।